ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਇੰਦਰਜੀਤ ਸਿੰਘ ਟੂਰਿਸਟ ਇੰਡੀਆ ਤੋਂ। ਦੋਸਤੋ, ਅੱਜ ਮੇਰੇ ਹੱਥ ਦੇ ਵਿੱਚ ਹੈਗਾ ਕੈਨੇਡਾ ਦਾ ਵਰਕ ਪਰਮਿਟ। ਮੇਰੇ ਨਾਲ ਖੜ੍ਹੇ ਨੇ ਰਮਨਦੀਪ ਸਿੰਘ ਜੀ, ਇਹਨੇ ਚਰਨਾਥਲ ਤੋਂ, ਰਾਜਪੁਰਾ ਦੇ ਕੋਲ ਪਿੰਡ ਹੈ ਇਹਨਾਂ ਦਾ। ਸੋ ਇਹਨਾਂ ਦਾ ਕੈਨੇਡਾ ਦਾ ਵਰਕ ਪਰਮਿਟ ਲੱਗ ਕੇ ਆਇਆ ਹੈਗਾ। ਸੋ ਦੋਸਤੋ, ਇਹ ਵਰਕ ਪਰਮਿਟ ਦੇ ਮੁਤਲਕ ਮੈਂ ਤੁਹਾਡੇ ਨਾਲ ਕੁਝ ਗੱਲ ਕਰਨੀ ਚਾਹੁੰਦਾ, ਖਾਸ ਕਰਕੇ ਉਹਨਾਂ ਬੱਚਿਆਂ ਵਾਸਤੇ ਜੋ ਇੱਥੋਂ ਸਟੱਡੀ ਬੇਸ 'ਤੇ ਜਾਂਦੇ ਨੇ, ਸਟੱਡੀ ਤੋਂ ਬਾਅਦ ਵਰਕ ਪਰਮਿਟ ਹੋ ਜਾਂਦਾ ਹੈਗਾ। ਪਰ ਕਈ ਬੱਚੇ ਕੀ ਕਰਦੇ ਨੇ ਕਿ ਵਰਕ ਪਰਮਿਟ ਤਾਂ ਮਿਲ ਜਾਂਦਾ, ਉਹਨਾਂ ਨੂੰ ਸਟੈਂਪ ਨਹੀਂ ਹੁੰਦਾ, ਉਹਨਾਂ ਦਾ ਜਿਹੜਾ ਪਾਸਪੋਰਟ 'ਤੇ ਸਟੈਂਪ ਨਹੀਂ ਹੁੰਦਾ, ਅਤੇ ਉਹਨਾਂ ਨੂੰ ਲੈਕ ਆਫ ਨੌਲੇਜ, ਪਤਾ ਨਹੀਂ ਹੁੰਦਾ ਕਿ ਇੱਥੇ ਆ ਕੇ ਦਿੱਕਤ ਆਉਂਦੀ ਹੈ, ਅਤੇ ਉਹ ਬੱਚੇ ਵਰਕ ਪਰਮਿਟ ਲੈ ਕੇ ਹੀ ਆ ਜਾਂਦੇ ਨੇ, ਸਟੈਂਪ ਨਹੀਂ ਹੁੰਦਾ। ਪਰ ਜਦੋਂ ਇੱਥੋਂ ਵਾਪਸ ਜਾਂਦੇ ਨੇ ਤਾਂ ਜਿਹੜੀ ਇੰਡੀਅਨ ਇਮੀਗ੍ਰੇਸ਼ਨ ਉਹਨਾਂ ਨੂੰ ਚੜ੍ਹ ਨਹੀਂ ਦਿੰਦੀ। ਕਾਰਨ ਕੀ ਹੁੰਦਾ ਕਿ ਉਹਨਾਂ ਦਾ ਜਿਹੜਾ ਪਾਸਪੋਰਟ 'ਤੇ ਸਟੈਂਪਿੰਗ ਨਹੀਂ ਹੁੰਦੀ। ਇਹੀ ਗਲਤੀ ਇਹ ਜਿਹੜੇ ਰਮਨਦੀਪ ਨੇ ਇਹਨਾਂ ਨੇ ਕੀਤੀ। ਇਹਨਾਂ ਦੀ ਮੈਰਿਜ ਸੀਗੀ ਅਤੇ ਵਰਕ ਪਰਮਿਟ ਮਿਲਿਆ ਨੂੰ ਥੋੜ੍ਹਾ ਹੀ ਟਾਈਮ ਹੋਇਆ ਸੀ, 10 ਦਿਨ ਹੋਏ ਸੀ ਇਹਨਾਂ ਦਾ ਜਿਹੜਾ ਵੀਜ਼ਾ ਸਟੈਂਪ ਨਹੀਂ ਹੋਇਆ ਸੀ, ਵਰਕ ਪਰਮਿਟ ਸਟੈਂਪ ਨਹੀਂ ਹੋਇਆ ਸੀਗਾ। ਇਹ ਵੀ ਵਰਕ ਪਰਮਿਟ ਲੈ ਕੇ ਹੱਥ ਦੇ ਵਿੱਚ ਇੰਡੀਆ ਆ ਗਏ, ਅਤੇ ਜਦੋਂ ਵਾਪਸ ਜਾਣ ਲੱਗੇ ਇਹਨਾਂ ਨੂੰ ਇਮੀਗ੍ਰੇਸ਼ਨ ਵਾਲਿਆਂ ਨੇ ਰੋਕ ਲਿਆ, ਜਾਣ ਨਹੀਂ ਦਿੱਤਾ। ਫਿਰ ਇਹਨਾਂ ਨੇ ਸਾਨੂੰ ਕੰਟੈਕਟ ਕੀਤਾ ਅਤੇ ਅਸੀਂ ਇੱਥੋਂ ਫਾਈਲ ਅਪਲਾਈ ਕੀਤੀ ਅਤੇ ਇਹਨਾਂ ਦਾ ਜਿਹੜਾ ਵਰਕ ਪਰਮਿਟ ਹੈ ਦੋਸਤੋ, ਇਹ ਸਟੈਂਪ ਕਰਕੇ ਦਿੱਤਾ ਹੈਗਾ, ਅਸੀਂ ਲੈ ਕੇ ਦਿੱਤਾ ਹੈਗਾ। ਸੋ ਮੇਰਾ ਜਿਹੜਾ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ, ਉਹਨਾਂ ਜਿਹੜੇ ਵੀ ਸਾਰੇ ਬੱਚੇ ਜੋ ਪੜ੍ਹਦੇ ਨੇ ਜਾਂ ਜੋ ਕੋਈ ਵੀ ਉੱਥੇ ਵਰਕ ਪਰਮਿਟ 'ਤੇ ਹੈਗਾ, ਤੁਸੀਂ ਇਹ ਗਲਤੀ ਕਦੇ ਨਾ ਕਰਿਓ। ਜੇਕਰ ਕਿਸੇ ਦਾ ਵਰਕ ਪਰਮਿਟ ਆ ਜਾਂਦਾ ਹੈਗਾ, ਇੰਡੀਆ ਆਉਣ ਤੋਂ ਪਹਿਲਾਂ ਤੁਸੀਂ ਆਪਦਾ ਜਿਹੜਾ ਵਰਕ ਪਰਮਿਟ ਹੈਗਾ ਉਹ ਸਟੈਂਪ ਜ਼ਰੂਰ ਕਰਾ ਲੈਣਾ ਦੋਸਤੋ, ਕਿਉਂਕਿ ਇੱਥੇ ਆ ਕੇ ਜਿਹੜਾ ਵਰਕ ਪਰਮਿਟ ਸਟੈਂਪਿੰਗ ਦੀ ਸਕਸੈਸ ਰੇਟ ਬਹੁਤ ਘੱਟ ਹੈਗੀ ਹੈ। ਜੇ ਤੁਹਾਡੇ ਵਰਕ ਪਰਮਿਟ ਤੁਹਾਡਾ ਆਇਆ ਹੈਗਾ ਅਤੇ ਤੁਸੀਂ ਵਰਕ ਪਰਮਿਟ ਸਟੈਂਪ ਨਹੀਂ ਕਰਾਇਆ ਅਤੇ ਤੁਸੀਂ ਇੰਡੀਆ ਆ ਜਾਂਦੇ ਹੋ, ਹੈ ਨਾ, ਤਾਂ ਤੁਹਾਨੂੰ ਵਾਪਸ ਜਾਣ ਲੱਗਿਆਂ ਬਹੁਤ ਦਿੱਕਤ ਹੁੰਦੀ ਹੈ, ਤੁਹਾਨੂੰ ਜਿਹੜਾ ਏਅਰਪੋਰਟ ਤੋਂ ਚੜ੍ਹ ਨਹੀਂ ਦਿੱਤਾ ਜਾਂਦਾ। ਅਤੇ ਜੇ ਤੁਸੀਂ ਇੱਥੇ ਅਪਲਾਈ ਕਰਦੇ ਹੋ, ਇੱਕ ਦਿੱਕਤ ਹੋਰ ਹੁੰਦੀ ਹੈ ਕਿ ਕਈ ਜਿਹੜੇ ਪੁਰਾਣੇ ਗਏ ਹੋਏ ਨੇ, ਹੈ ਨਾ, 2018 ਤੋਂ ਪਹਿਲਾਂ ਗਏ ਹੋਏ ਨੇ, ਉਹਨਾਂ ਦੇ ਬਾਇਓਮੈਟ੍ਰਿਕ ਵੀ ਉੱਥੇ ਨਹੀਂ ਹੋਏ। ਸੋ ਬਾਇਓਮੈਟ੍ਰਿਕ ਨਾ ਹੋਣ ਕਰਕੇ ਇੱਥੇ ਵਰਕ ਪਰਮਿਟ ਸਟੈਂਪ ਕਰਾਉਣ ਦੇ ਵਿੱਚ ਬਹੁਤ ਵੱਡੀ ਦਿੱਕਤ ਆਉਂਦੀ ਹੈ। ਸੋ ਸਾਰੇ ਸੱਜਣਾ ਮਿੱਤਰਾਂ ਨੂੰ, ਜਿਹੜਾ ਵੀ ਮੇਰੀ ਕੋਈ ਵੀਡੀਓ ਦੇਖਦਾ ਆ, ਜਾਂ ਜਿਹਨਾਂ ਦੇ ਬੱਚੇ ਪੜ੍ਹਨ ਗਏ ਨੇ, ਮਾਂ ਪਿਓ ਕੋਈ ਵੀਡੀਓ ਦੇਖਦਾ ਜਿਹਨਾਂ ਦੇ ਬੱਚੇ ਉੱਥੇ ਵਰਕ ਪਰਮਿਟ 'ਤੇ ਨੇ ਅਤੇ ਸਿਰਫ ਉਹਨਾਂ ਦਾ ਵਰਕ ਪਰਮਿਟ ਉਹਨਾਂ ਨੂੰ ਮਿਲਿਆ, ਹਾਲੇ ਸਟੈਂਪ ਨਹੀਂ ਹੋਇਆ, ਉਹ ਜ਼ਰੂਰ ਮੇਰੀ ਵੀਡੀਓ ਸੁਣ ਲੈਣ ਕਿ ਆਪਣੇ ਬੱਚੇ ਨੂੰ ਵਿਦਆਊਟ ਵਰਕ ਪਰਮਿਟ ਸਟੈਂਪ ਹੋਣ ਤੋਂ ਇੰਡੀਆ ਨਾ ਆਉਣ ਦਿਓ, ਕਿਉਂਕਿ ਇੱਥੇ ਆ ਕੇ ਬਹੁਤ ਦਿੱਕਤ ਹੈ। ਹੋ ਸਕਦਾ ਕਿ ਉਰੇ ਆ ਕੇ ਤੁਹਾਡਾ ਵਰਕ ਪਰਮਿਟ ਸਟੈਂਪ ਨਾ ਹੋਵੇ, ਤਾਂ ਤੁਸੀਂ ਜਿਹੜੇ 2-3 ਸਾਲ ਉੱਥੇ ਸਟੱਡੀ 'ਤੇ ਗੁਜ਼ਾਰੇ ਨੇ, ਤੁਹਾਡਾ ਸਾਰਾ ਜਿਹੜਾ ਪੈਸਾ ਉਹ ਬਰਬਾਦ ਹੋ ਸਕਦਾ ਹੈਗਾ। ਸੋ ਇਹ ਧਿਆਨ ਰੱਖਣ ਦੀ ਲੋੜ ਹੈ ਕਿ ਤੁਸੀਂ ਜੇ ਤੁਹਾਨੂੰ ਵਰਕ ਪਰਮਿਟ ਮਿਲ ਜਾਂਦਾ ਹੈਗਾ, ਤਾਂ ਤੁਸੀਂ ਆਪਦੇ ਪਾਸਪੋਰਟ 'ਤੇ ਆਪਦਾ ਜਿਹੜਾ ਵਰਕ ਪਰਮਿਟ ਸਟੈਂਪ ਕਰਾ ਕੇ ਫਿਰ ਹੀ ਇੰਡੀਆ ਆਓ, ਅਦਰਵਾਈਜ਼ ਤੁਸੀਂ ਦਿੱਕਤ ਦੇ ਵਿੱਚ ਪੈ ਸਕਦੇ ਹੋ। ਸੋ ਹੁਣ ਸਭ ਤੋਂ ਪਹਿਲਾਂ ਤਾਂ ਰਮਨਦੀਪ ਨੂੰ ਮੁਬਾਰਕਬਾਦ ਦਿੰਦੇ ਹਾਂ। ਰਮਨਦੀਪ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਤੁਹਾਡੀ ਟੈਨਸ਼ਨ ਜਿਹੜੀ ਖਤਮ ਹੋਈ ਹੈ ਨਾ, ਤੁਹਾਨੂੰ ਬਹੁਤ ਵੱਡੀ ਪ੍ਰੋਬਲਮ ਸੀਗੀ, ਅਤੇ ਤੁਸੀਂ ਸਾਡੇ ਬਾਰੇ, ਸਾਡੀ ਕੰਪਨੀ ਬਾਰੇ 2 ਸ਼ਬਦ ਕੀ ਕਹਿਣਾ ਚਾਹੋਗੇ? ਜਿਵੇਂ ਇਹਨਾਂ ਨੇ ਦੱਸਿਆ ਹੀ ਆ ਵੀ ਮੈਂ ਬਿਨਾਂ ਵਰਕ ਵੀਜ਼ਾ ਲੈ ਕੇ ਆ ਗਿਆ ਸੀਗਾ ਕੈਨੇਡਾ ਤੋਂ। ਇੱਥੇ ਮੈਂ ਕਈ ਏਜੰਟਸ ਕੋਲ ਗਿਆ, ਉਹਨਾਂ ਨੇ ਮੈਨੂੰ ਡਰਾਇਆ ਕਿ ਵੀਜ਼ਾ ਮਿਲਦਾ ਨਹੀਂ, ਇਹ ਨਹੀਂ ਹੁੰਦਾ, ਵੋ ਨਹੀਂ ਹੁੰਦਾ, ਬਟ ਮੈਨੂੰ ਇਹਨਾਂ ਬਾਰੇ ਪਤਾ ਲੱਗਿਆ ਤਾਂ ਮੈਂ ਇਹਨਾਂ ਕੋਲ ਆਇਆ, ਅਤੇ ਮੇਰਾ ਵਿਦਇਨ 15 ਦਿਨ ਦੇ ਵਿੱਚ ਮੇਰਾ ਵੀਜ਼ਾ ਮੇਰੇ ਹੱਥ 'ਚ ਆ ਗਿਆ, ਵਰਕ ਪਰਮਿਟ ਵੀਜ਼ਾ। ਹਾਂਜੀ, ਥੈਂਕ ਯੂ ਜੀ। ਕੀ ਕਹਿਣਾ ਚਾਹੋਗੇ ਤੁਸੀਂ ਜਿਹੜੇ ਉੱਥੇ ਸਟੂਡੈਂਟ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਕੋਈ ਵੀ ਕੋਈ ਸਟੱਡੀ ਪਰਮਿਟ 'ਤੇ ਆ ਜਾਂ ਵਰਕ ਪਰਮਿਟ 'ਤੇ, ਪਲੀਜ਼ ਆਪਣਾ ਜਦੋਂ ਇੰਡੀਆ ਆਉਣਾ ਤਾਂ ਆਪਣਾ ਵੀਜ਼ਾ ਜ਼ਰੂਰ ਲੈ ਕੇ ਆਓ, ਵਰਕ ਪਰਮਿਟ ਜਾਂ ਸਟੱਡੀ ਪਰਮਿਟ ਸਟੈਂਪ ਕਰਵਾ ਕੇ ਜ਼ਰੂਰ ਲੈ ਕੇ ਆਇਓ, ਇੱਥੇ ਆ ਕੇ ਦਿੱਕਤ ਬਹੁਤ ਆਉਂਦੀ ਹੈ। ਬਹੁਤ ਬਹੁਤ ਧੰਨਵਾਦ ਦੋਸਤੋ, ਕਿਉਂਕਿ ਜਦੋਂ ਤੁਹਾਡਾ ਵਰਕ ਪਰਮਿਟ ਸਟੈਂਪ ਨਹੀਂ ਹੁੰਦਾ, ਤੁਸੀਂ ਇੰਡੀਆ ਆ ਜਾਂਦੇ ਹੋ, ਤਾਂ ਤੁਹਾਨੂੰ ਚੜ੍ਹਨ ਨਹੀਂ ਦਿੱਤਾ ਜਾਂਦਾ। ਇਹਨਾਂ ਤੋਂ ਪਹਿਲਾਂ ਸਾਡੇ ਕੋਲ ਇੱਕ ਕੁੜੀ ਨੇ ਅਪਰੋਚ ਕੀਤਾ ਸੀ ਕਿ ਬਰਨਾਲੇ ਤੋਂ ਬਿਲੋਂਗ ਕਰਦੇ ਨੇ, ਉਹਨਾਂ ਨੂੰ ਵੀ ਏਅਰਪੋਰਟ ਤੋਂ ਵਾਪਸ ਮੋੜਤਾ ਸੀਗਾ।
ਠੀਕ ਹੈ। ਅਤੇ ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਕੇਸ ਆ ਉਹ ਦੇਖਣ 'ਚ ਆਉਂਦੇ ਨੇ, ਕਿਉਂਕਿ ਬੱਚਿਆਂ ਨੂੰ ਪਤਾ ਨਹੀਂ ਹੁੰਦਾ, ਉਹਨਾਂ ਨੂੰ ਇਹ ਹੁੰਦਾ ਕਿ ਸਾਡੇ ਕੋਲ ਵਰਕ ਪਰਮਿਟ ਆ ਗਿਆ, ਸਾਨੂੰ ਕਿਹੜਾ ਹੁਣ ਕੋਈ ਰੋਕ ਸਕਦਾ ਹੈਗਾ, ਉਹ ਇੰਡੀਆ ਆ ਜਾਂਦੇ ਨੇ ਟਿਕਟ ਲੈ ਕੇ। ਪਰ ਜਦੋਂ ਇੱਥੋਂ ਤੁਸੀਂ ਵਾਪਸ ਜਾਣਾ ਹੁੰਦਾ, ਤੁਹਾਨੂੰ ਦਿੱਕਤਾਂ ਆਉਂਦੀਆਂ ਨੇ, ਅਤੇ ਇਸ ਤੋਂ ਇਲਾਵਾ ਜਿਹੜੇ ਏਜੰਟ ਨੇ ਉਹ ਤੁਹਾਨੂੰ ਮਿਸ ਗਾਈਡ ਕਰਦੇ ਨੇ, ਡਰਾਉਂਦੇ ਨੇ, ਜਾਂ ਤੁਹਾਡੇ ਤੋਂ ਬਹੁਤ ਪੈਸੇ ਮੰਗਦੇ ਨੇ ਕਿ ਤੁਹਾਨੂੰ ਵਰਕ ਪਰਮਿਟ ਕਰਾ ਕੇ ਦੇਵਾਂਗੇ, ਸਾਨੂੰ ਤੁਸੀਂ ਇੰਨੇ ਪੈਸੇ ਦਿਓ। ਸੋ ਧਿਆਨ ਰੱਖਣਾ ਹੈਗਾ। ਪਰ ਜੇਕਰ ਕੋਈ ਗਲਤੀ ਨਾਲ ਦੋਸਤੋ ਆ ਜਾਂਦਾ ਹੈਗਾ, ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ, ਇਹ ਬੜਾ ਈਜ਼ੀ ਜਿਹੜਾ ਪ੍ਰੋਸੈਸ ਹੈਗਾ, ਜਿਵੇਂ ਅਸੀਂ ਰਮਨਦੀਪ ਦੀ ਹੈਲਪ ਕੀਤੀ ਹੈਗੀ ਹੈ, ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ, ਜਿਹੜਾ ਸਾਡਾ ਮੇਨ ਹੈਲਪਲਾਈਨ ਨੰਬਰ ਹੈ, ਤੁਸੀਂ ਸਾਨੂੰ ਸਾਡੀ ਹੈਲਪਲਾਈਨ 'ਤੇ 7022297029 'ਤੇ ਕਾਲ ਕਰ ਸਕਦੇ ਹੋ, ਜਾਂ ਸਾਡੇ ਦੋਸਤੋ ਅਲੱਗ ਅਲੱਗ ਲੋਕੇਸ਼ਨਾਂ 'ਤੇ ਪੰਜਾਬ ਦੇ ਵੀ ਸਾਡੇ 7 ਆਫਿਸ ਨੇ, ਤੁਸੀਂ ਸਾਨੂੰ ਸਾਡਾ ਹੈੱਡ ਆਫਿਸ ਮੋਹਾਲੀ, ਲੁਧਿਆਣਾ, ਬਰਨਾਲਾ, ਮੋਗਾ, ਮੁਕਤਸਰ, ਜਲੰਧਰ ਜਾਂ ਅੰਮ੍ਰਿਤਸਰ ਕਿਤੇ ਵੀ ਮਿਲ ਕੇ, ਜਿਹੜਾ ਉੱਥੇ ਸਾਡੀ ਟੀਮ ਬੈਠੀ ਹੈ, ਵੀਜ਼ਾ ਐਕਸਪਰਟ ਟੀਮ ਬੈਠੀ ਹੈ, ਤੁਸੀਂ ਸਾਨੂੰ ਕਿਤੇ ਵੀ ਮਿਲ ਕੇ ਸਾਡਾ ਆਪਦੀ ਜਿਹੜੀ ਇਨਕੁਆਇਰੀ ਲੈ ਸਕਦੇ ਹੋ। ਸੋ ਵਰਕ ਪਰਮਿਟ ਦੇ ਮੁਤਲਕ ਜਿਹੜਾ ਕੋਈ ਉਹਨੂੰ ਦਿੱਕਤ ਕੋਈ ਆ ਜਾਂਦੀ ਹੈ ਤਾਂ ਸਾਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ। ਸੋ ਮੈਂ ਆਪਣਾ ਜਿਹੜਾ ਨੰਬਰ ਹੈ ਰਿਪੀਟ ਕਰ ਰਿਹਾ, 7022297029 'ਤੇ ਕਾਲ ਕਰਕੇ ਉਹ ਕਰ ਸਕਦੇ ਹੋ, ਜਾਂ ਜਿਹੜੇ ਸਕਰੀਨ 'ਤੇ ਨੰਬਰ ਡਿਸਪਲੇ ਹੋ ਰਹੇ ਨੇ, ਤੁਸੀਂ ਇਹਨਾਂ ਨੰਬਰਾਂ 'ਤੇ ਕਿਸੇ ਵੀ ਕਾਲ ਕਰਕੇ ਆਪਦੀ ਇਨਕੁਆਇਰੀ ਲੈ ਸਕਦੇ ਹੋ। ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ।